ਡਿਪਟੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ, ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹੋ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ? ਹਾਂਜੀ, ਦੇਖੋ ਹਰ ਬੰਦੇ ਨੂੰ ਚਾਅ ਤਾਂ ਬਹੁਤ ਜ਼ਿਆਦਾ ਹੈ ਜੀ, ਇਹਦੇ 'ਚ ਕੋਈ ਦੋ ਰਾਇ ਨਹੀਂ, ਕਿਉਂਕਿ ਸਾਰੇ ਨੇ ਮਿਹਨਤ ਕੀਤੀ ਹੈ। ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਛ ਕਰਤਾ, ਮੈਂ ਮੇਰੇ ਕੋਲ ਕੋਈ ਇਹੋ ਜਿਹੀ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ, ਇਹਨਾਂ ਦੀ ਬਦੌਲਤ ਹੀ ਹੈ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ, ਇੱਥੇ ਆਏ ਆ, ਪਿਆਰ ਕਰਦੇ ਆ, ਇਹਨਾਂ ਕਰਕੇ ਮੈਂ ਆ, ਮੇਰੇ ਕਰਕੇ ਇਹ ਨਹੀਂ। ਅਤੇ ਓਬੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ, ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ, ਸ਼ਾਮਿਲ ਹੋਣਾ। ਪਰਮਾਤਮਾ ਸੋਹਣਾ ਟਾਈਮ ਲਿਆਵੇ, ਹੋਰ 2-3 ਘੰਟੇ ਆ ਜੀ, ਸਾਰਾ ਕੁਛ ਕਲੀਅਰ ਹੋ ਜੂਗਾ। ਸੋ ਮੈਂ ਜੋ ਵੀ ਹਾਂ ਜੀ, ਇਹਨਾਂ ਕਰਕੇ ਜੀ ਅੱਜ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ, ਵੀ ਤੁਸੀਂ ਪੋਸਟ ਸਾਂਝੀ ਕੀਤੀ ਆ, ਹਾਂਜੀ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ? ਸਰ ਦੇਖੋ ਇਲੈਕਸ਼ਨ ਆ ਜੀ, ਥੋੜ੍ਹਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ, ਥੋੜ੍ਹਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ, ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ 'ਚ ਬੰਦ ਪਈ, ਦਿਲ ਤਾਂ ਧੜਕਦਾ ਹੀ ਆ, ਬਟ ਕੌਨਫੀਡੈਂਟ ਆ ਜੀ, ਬਹੁਤ ਜ਼ਿਆਦਾ ਉਮੀਦ ਆ ਵੀ। ਹੌਸਲਾ ਵਧਾਉਣ ਲਈ ਸਾਰੇ ਆ ਗਏ, ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਠੀ 'ਚ ਹੋ ਗਿਆ। ਹਾਂ ਬਿਲਕੁਲ, ਉਹ ਆਪ ਦਿਖ ਹੀ ਰਿਹਾ, ਦਿਖ ਹੀ ਰਿਹਾ ਹੌਸਲਾ ਤਾਂ ਦੇਖੋ, ਹੱਲਾਸ਼ੇਰੀ ਤਾਂ ਮਿਲ ਹੀ ਰਹੀ ਹੈ, ਇਸ 'ਚ ਕੋਈ ਦੋ ਰਾਇ ਨਹੀਂ। ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਜੀ, ਹਜੇ 2 ਰਾਉਂਡ ਹੀ ਹੋਏ ਆ, ਕਿਉਂਕਿ ਇਹ ਕੁਛ ਨਹੀਂ ਪਤਾ ਜੀ, ਹਜੇ ਕੁਛ ਨਹੀਂ ਪਤਾ, ਹਜੇ ਪਹਿਲਾਂ 10-12 ਹਜ਼ਾਰ ਲੀਡ ਆ ਲੈਣ ਦੋ ਜੀ, ਅੱਗੇ ਟੱਪ ਲੈਂਦੀ ਹੈ ਚੰਗੀ ਤਰ੍ਹਾਂ, ਫਿਰ ਆਪੇ ਬਣ ਜੂਗਾ ਜੀ ਮਾਹੌਲ, ਇੱਥੇ ਕਿਹਨੇ ਪੁੱਛਣਾ ਜੀ, ਆਪੋ ਤਾਪ ਦੁਨੀਆ ਹੋ ਜਾਣੀ ਹੈ। ਹਾਂ ਤਾਂ ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ, ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹੋ, ਤਾਂ ਕਿਸ ਤਰ੍ਹਾਂ ਦੀ? ਆਪਾਂ ਹਜੇ ਵੀ ਕਿਤੇ ਧੜਕੂ ਚੱਲ ਰਿਹਾ, ਜਿੰਨਾ ਚਿਰ 10,000 ਲੀਡ ਕ੍ਰੋਸ ਨਹੀਂ ਨਾ ਕਰਦੀ ਉਨਾ ਚਿਰ ਧੜਕੂ ਰਹੂਗਾ। ਉਮੀਦ ਹੈ ਵੀ 10,000 ਪਾਰ ਕਰਨੇ ਸੋ। ਹਾਂਜੀ ਹਾਂਜੀ, ਬਹੁਤ ਵੱਡੀ ਉਮੀਦ ਹੈ ਜੀ, ਬਹੁਤ ਬਹੁਤ ਧੰਨਵਾਦ। ਤਾਂ ਡਿੰਪੀ ਢਿੱਲੋਂ ਲਗਾਤਾਰ ਡਿੰਪੀ ਢਿੱਲੋਂ ਜਿੰਦਾਬਾਦ ਬਾਈ ਜੀ।